जी लाभ सिंह उगोके साहब पंजाब दे लोकां ने सरकार चुनी आ राजपाल साहब नूं बेनती आ के जदों बजट सैशन आ तां उहदे च कृपा करके अड़के ना डाया करन क्योंकि बजट पंजाब दे लोकां दे लई पेश होना इहदे च किसे राजनीतिक धिर दा कोई इस तरह दे जिहड़े भेजे हुए इलैक्टेड नुमाइंदे नूं उहनूं नहीं इस तरह करना चाहीदा। ਕਿਉਂਕਿ ਸਾਹਿਬ ਸਾਰੇ ਮਸਲੇ ਜਿਹੜੇ ਆ ਵਿਰੋਧੀ ਬਜਟ ਸੈਸ਼ਨ ਦੇ ਦੌਰਾਨ ਕਿਸੇ ਵੀ ਸੈਸ਼ਨ ਦੇ ਦੌਰਾਨ ਕੋਸ਼ਿਸ਼ ਕਰਦੇ ਆ ਕਿ ਹੁਣ ਉਹ ਮੁੱਦੇ ਤੇ ਚਰਚਾ ਕਰ ਲਈਏ। ਤੁਹਾਡਾ ਵੀ ਸਰਪੰਚ ਨਾਲ ਪੇਚਾ ਪੈ ਗਿਆ ਸੀ, ਉਹਦਾ ਰੌਲਾ ਵੀ ਨਾ ਪੈ ਜਾ ਵੀ ਐਮਐਲਏ ਨੇ ਇੱਥੇ ਤਾਂ ਹੋਇਆ। ਸਰਪੰਚ ਨਾਲ ਕਿਸੇ ਨਾਲ ਕੋਈ ਪੇਚਾ ਨਹੀਂ ਪਿਆ ਜੀ। ਪਹਿਲਾਂ ਤਾਂ ਮੈਂ ਮੀਡੀਆ ਸਾਥੀਆਂ ਨੂੰ ਕਹਿਣਾ ਚਾਹੂੰਗਾ ਕਿ ਉਹ ਸਰਪੰਚਨੀ ਦਾ ਮੁੰਡਾ, ਸਿਰਫ ਇਹੀ ਗੱਲ ਕਹੀ ਸੀ ਕਿ ਜੇ ਪੁਰਾਣੀਆਂ ਸਰਕਾਰਾਂ ਹੁੰਦੀਆਂ ਉਹ ਅੰਦਰ ਕਰ ਦਿੰਦੀਆਂ, ਇਹ ਪੇਚੇ ਨਹੀਂ ਜੀ, ਇਹ ਤਾਂ ਛੋਟੀਆਂ ਮੋਟੀਆਂ ਗੱਲਾਂ ਨੇ। ਇੱਥੇ ਪੁਰਾਣੀਆਂ ਸਰਕਾਰਾਂ ਨੇ ਜੋ ਕਰਿਆ ਤੁਹਾਡੇ ਮੀਡੀਆ ਕਰਮੀ ਸਾਰੇ ਜਾਣਦੇ ਹੀ ਆ ਉਹ, ਹੈ ਨਾ। ਤੇ ਇਹ ਤਾਂ ਛੋਟੀਆਂ ਮੋਟੀਆਂ ਗੱਲਾਂ ਇਹ ਚੱਲਦੀਆਂ ਰਹਿੰਦੀਆਂ ਰਾਜਨੀਤੀ ਦੇ ਵਿੱਚ। ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਵਿਰੋਧੀ ਇਹ ਚੀਜ਼ਾਂ ਨੂੰ ਲੈ ਕੇ ਹਾਵੀ ਹੋ ਰਹੇ ਨੇ ਜਿਸ ਤਰੀਕੇ ਨਾਲ ਵਿਧਾਇਕਾਂ ਦਾ ਰੁੱਖ ਨਜ਼ਰ ਆ ਰਿਹਾ? ਦੇਖੋ ਜੀ, ਵਿਰੋਧੀ ਕਿਤੇ ਹਾਵੀ ਨਹੀਂ ਹੋ ਰਹੇ, ਵਿਰੋਧੀ ਹੈ ਕਿੱਥੇ ਨੇ? ਅਜੇ ਬਜਟ ਸੈਸ਼ਨ 'ਚ ਪਤਾ ਲੱਗੇਗਾ ਉਹ ਮੁੱਦਾ ਚੱਕ ਰਹੇ ਨੇ, ਅਜਨਾਲਾ ਘਟਨਾ ਪਹਿਲਾਂ ਮੁੱਦਾ ਚੱਕ ਰਹੇ ਨੇ ਉਹ। ਨਹੀਂ, ਅਜਨਾਲਾ ਘਟਨਾ ਜਿਹੜੀ ਹੋਈ ਆ ਤਾਂ ਉਹਦਾ ਮੁੱਦਾ ਜਦੋਂ ਇਹਨਾਂ ਦੇ ਵੇਲੇ ਸੀ ਜਿਹੜਾ ਲਾ ਐਂਡ ਆਰਡਰ ਦੀ ਸਥਿਤੀ ਆ ਤਾਂ ਕਿੰਨੇ ਪਰਸੈਂਟੇਜ ਉਹਦੇ 'ਚ ਸੁਧਾਰ ਆਇਆ? ਸੋ ਸਾਰਾ ਕੁਝ ਇਹ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ, ਆਪਾਂ ਤਾਂ ਉਹਨੂੰ ਸੁਧਾਰਨ ਦੇ ਲਈ ਆਏ ਆ। ਚਲੋ, ਵਿਰੋਧੀਆਂ ਨੇ ਵੀ ਹੁਣ ਵਿਧਾਨ ਸਭਾ ਤੇ ਉਹਨਾਂ ਦਾ ਵੀ ਹੱਕ ਆ ਆਪਣੇ ਵਿਚਾਰ ਜਿਹੜੇ ਪੇਸ਼ ਕਰਦੇ, ਪਰ ਪੰਜਾਬ ਦੇ ਲੋਕਾਂ ਦੇ ਲਈ ਇਹ ਬਜਟ ਸੈਸ਼ਨ ਬੜਾ ਚੰਗਾ ਹੋਣ ਜਾ ਰਿਹਾ। ਪੰਜਾਬ ਦੇ ਲੋਕਾਂ ਨੂੰ ਬੜੀ ਉਮੀਦ ਆ ਆਮ ਆਦਮੀ ਪਾਰਟੀ ਤੋਂ, ਉਹ ਉਮੀਦਾਂ ਤੇ ਆਮ ਆਦਮੀ ਪਾਰਟੀ ਖਰਾ ਉਤਰੂ। ਠੀਕ, ਧੰਨਵਾਦ।